ਦੋਸਤੋ, ਮੂਵੀ ਗਿਆਨ ਪੰਜਾਬੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਜਿਸ ਮੂਵੀ ਨੂੰ ਲੈ ਕੇ ਆਏ ਹਾਂ ਉਸ ਦਾ ਨਾਮ ਹੈ ਮੈਗੀ, ਜਿਹੜੀ 2015 ਵਿੱਚ ਰਿਲੀਜ਼ ਹੋਈ ਸੀ। ਇਸ ਵਿੱਚ ਇੱਕ ਬਾਪ ਹੌਲੀ ਹੌਲੀ ਜ਼ੌਂਬੀ ਬਣ ਰਹੀ ਆਪਣੀ ਕੁੜੀ ਨੂੰ ਕਿਸ ਤਰ੍ਹਾਂ ਸੰਭਾਲਦਾ ਹੈ ਅਤੇ ਉਸ ਦੇ ਲਈ ਕੀ ਕਰਦਾ ਹੈ, ਇਹ ਵੇਖਣ ਨੂੰ ਮਿਲੇਗਾ। ਮੂਵੀ ਵਧੀਆ ਹੈ, ਅਖੀਰ ਤੱਕ ਜ਼ਰੂਰ ਵੇਖਣਾ। ਮੂਵੀ ਦੀ ਸ਼ੁਰੂਆਤ ਵਿੱਚ ਅਸੀਂ ਵੇਖਦੇ ਹਾਂ ਇੱਕ ਮਹਾਂਮਾਰੀ ਫੈਲਣ ਦੇ ਕਾਰਨ ਸਾਰੇ ਪਾਸੇ ਸੋਗ ਦਾ ਮਾਹੌਲ ਹੈ। ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਜਾਂਦਾ ਹੈ ਅਤੇ ਜੋ ਵੀ ਲੋਕ ਘਰੋਂ ਬਾਹਰ ਘੁੰਮਦੇ ਦਿਸਦੇ ਹਨ ਉਹਨਾਂ ਦਾ ਟੈਸਟ ਕੀਤਾ ਜਾਂਦਾ ਹੈ ਕਿ ਕਿਤੇ ਉਹਨਾਂ ਨੂੰ ਉਹ ਰੋਗ ਤਾਂ ਨਹੀਂ। ਇਹ ਹੈ ਵੇਦ। ਇਹ ਇੱਕ ਹਸਪਤਾਲ ਵਿੱਚ ਆਪਣੀ ਕੁੜੀ ਨੂੰ ਮਿਲਣ ਆਇਆ ਹੈ ਕਿਉਂਕਿ ਉਸ ਨੂੰ ਵੀ ਰੋਗ ਸੀ। ਇਹ ਪੂਰੇ 2 ਹਫ਼ਤਿਆਂ ਤੋਂ ਉਸ ਨੂੰ ਲੱਭ ਰਿਹਾ ਸੀ। ਫਿਰ ਡਾਕਟਰ ਆ ਕੇ ਵੇਦ ਨੂੰ ਦੱਸਦਾ ਹੈ ਕਿ ਤੇਰੀ ਕੁੜੀ ਦਾ ਜ਼ਖਮ ਬਹੁਤ ਡੂੰਘਾ ਹੈ, ਸਾਡੇ ਕੋਲ ਇਸ ਦਾ ਇਲਾਜ ਨਹੀਂ ਹੈ, ਇਸ ਨੂੰ 8 ਹਫ਼ਤਿਆਂ ਦੇ ਲਈ ਇਕੱਲੀ ਰਹਿਣਾ ਪਵੇਗਾ, ਇਸ ਲਈ ਤੁਸੀਂ ਇਸ ਨੂੰ ਡਾਕਟਰ ਵਰੁਣ ਦੇ ਕੋਲ ਲੈ ਜਾਓ, ਮੈਂ ਇਹਦੇ ਪੇਪਰ ਡਾਕਟਰ ਵਰੁਣ ਦੇ ਕੋਲ ਭੇਜ ਦੇਵਾਂਗਾ। ਫਿਰ ਉਹ ਜਾ ਕੇ ਆਪਣੀ ਕੁੜੀ ਮੈਗੀ ਨੂੰ ਮਿਲਦਾ ਹੈ। ਮੈਗੀ ਵੀ ਆਪਣੇ ਪਿਤਾ ਨੂੰ ਯਾਦ ਕਰ ਰਹੀ ਸੀ। ਰਸਤੇ ਵਿੱਚ ਮੈਗੀ ਪੁੱਛਦੀ ਹੈ ਕਿ ਡਾਕਟਰ ਨੇ ਕੀ ਕਿਹਾ, ਪਰ ਵੇਦ ਉਸਦਾ ਕੋਈ ਜਵਾਬ ਨਹੀਂ ਦਿੰਦਾ। ਫਿਰ ਉਹ ਇੱਕ ਪੈਟਰੋਲ ਪੰਪ 'ਤੇ ਕਾਰ ਰੋਕਦਾ ਹੈ। ਜਦੋਂ ਵੇਦ ਕਾਰ ਵਿੱਚ ਪੈਟਰੋਲ ਭਰ ਰਿਹਾ ਸੀ ਤਾਂ ਮੈਗੀ ਸਟੋਰ ਦੇ ਅੰਦਰ ਜਾਂਦੀ ਹੈ। ਸਟੋਰ ਵਿੱਚ ਕੋਈ ਨਹੀਂ ਸੀ। ਜਦੋਂ ਉਹ ਆਪਣੀ ਕੁੜੀ ਨੂੰ ਵੇਖਣ ਸਟੋਰ ਦੇ ਅੰਦਰ ਜਾਂਦਾ ਹੈ ਤਾਂ ਇੱਕ ਜ਼ੌਂਬੀ ਉਸ 'ਤੇ ਹਮਲਾ ਕਰ ਦਿੰਦਾ ਹੈ। ਫਿਰ ਵੇਦ ਉਸ ਤੋਂ ਪਿੱਛਾ ਛੁਡਵਾਉਂਦਾ ਹੈ ਅਤੇ ਆਪਣੀ ਕੁੜੀ ਨੂੰ ਜਲਦੀ ਨਾਲ ਬਾਹਰ ਨਿਕਲਣ ਲਈ ਕਹਿੰਦਾ ਹੈ। ਕਾਰ ਵਿੱਚ ਮੈਗੀ ਵੇਖਦੀ ਹੈ ਕਿ ਦੂਰ ਦੂਰ ਤੱਕ ਬਾਹਰ ਕੋਈ ਵੀ ਇਨਸਾਨ ਨਹੀਂ ਦਿਸਦਾ। ਵੇਦ ਦੇ 2 ਬੱਚੇ ਹੋਰ ਵੀ ਸੀ ਜੋ ਉਸਦੇ ਅਤੇ ਕੈਰੋਲੀਨ ਦੇ ਸੀ। ਕੈਰੋਲੀਨ ਮੈਗੀ ਦੀ ਦੂਜੀ ਮਾਂ ਸੀ ਕਿਉਂਕਿ ਉਸਦੀ ਆਪਣੀ ਮਾਂ ਮਰ ਚੁੱਕੀ ਸੀ। ਉਹ ਬੱਚਿਆਂ ਨੂੰ ਆਂਟੀ ਲਿੰਡਾ ਦੇ ਕੋਲ ਛੱਡ ਕੇ ਆਉਂਦਾ ਹੈ। ਵੇਦ ਦੇ ਮੈਗੀ ਨੂੰ ਘਰ ਲੈ ਕੇ ਆਉਣ 'ਤੇ ਕੈਰੋਲੀਨ ਬਿਲਕੁਲ ਖੁਸ਼ ਨਹੀਂ ਸੀ। ਇਸ ਗੱਲ ਨੂੰ ਮੈਗੀ ਵੀ ਸਮਝਦੀ ਸੀ। ਖਾਣੇ ਦੀ ਮੇਜ਼ 'ਤੇ ਜਦੋਂ ਕੈਰੋਲੀਨ ਮੈਗੀ ਨੂੰ ਪੁੱਛਦੀ ਹੈ ਕਿ ਤੂੰ ਆਪਣੇ ਹੱਥ 'ਤੇ ਪੱਟੀ ਕਿਉਂ ਨਹੀਂ ਲਾਈ, ਤਾਂ ਉਹ ਰੁੱਸ ਕੇ ਉੱਥੋਂ ਚਲੀ ਜਾਂਦੀ ਹੈ। ਵੇਦ ਦੇ ਲਈ ਇਹ ਬਹੁਤ ਹੀ ਔਖਾ ਸਮਾਂ ਸੀ ਕਿਉਂਕਿ ਹੁਣ ਉਹਨੇ ਆਪ ਹੀ ਸਭ ਕੁਝ ਠੀਕ ਕਰਨਾ ਸੀ। ਕੈਰੋਲੀਨ ਜਦੋਂ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਉਸ ਸਮੇਂ ਮੈਗੀ ਬਾਹਰ ਪੀਂਗ ਝੂਟ ਰਹੀ ਸੀ। ਉਸੇ ਵੇਲੇ ਉਹਨੂੰ ਚੱਕਰ ਆ ਜਾਂਦਾ ਹੈ ਅਤੇ ਉਹ ਡਿੱਗ ਪੈਂਦੀ ਹੈ। ਕੈਰੋਲੀਨ ਵੇਖ ਲੈਂਦੀ ਹੈ ਅਤੇ ਭੱਜ ਕੇ ਮੈਗੀ ਦੇ ਕੋਲ ਜਾਂਦੀ ਹੈ। ਉਹ ਉਹਨੂੰ ਉਠਾ ਕੇ ਘਰ ਦੇ ਅੰਦਰ ਲੈ ਆਉਂਦੀ ਹੈ। ਉਸ ਦੀ ਉਂਗਲ 'ਤੇ ਸੱਟ ਲੱਗੀ ਸੀ ਅਤੇ ਖੂਨ ਵੀ ਵਗ ਰਿਹਾ ਸੀ। ਫਿਰ ਕੈਰੋਲੀਨ ਡਾਕਟਰ ਦੇ ਕੋਲ ਫੋਨ ਕਰਦੀ ਹੈ। ਉਸ ਸਮੇਂ ਮੈਗੀ ਆਪਣੀ ਉਂਗਲੀ ਨੂੰ ਵੇਖਦੀ ਹੈ ਜੋ ਕਿ ਪੂਰੀ ਤਰ੍ਹਾਂ ਡੈੱਡ ਹੋ ਚੁੱਕੀ ਸੀ ਅਤੇ ਉਹ ਚਾਕੂ ਲੈ ਕੇ ਆਪਣੀ ਉਂਗਲੀ ਨੂੰ ਕੱਟ ਦਿੰਦੀ ਹੈ। ਫਿਰ ਉਹ ਭੱਜ ਕੇ ਅੰਦਰ ਜਾਂਦੀ ਹੈ। ਉਹ ਵੇਖਦੀ ਹੈ ਕਿ ਉੱਥੇ 2 ਜ਼ੌਂਬੀ ਆ ਰਹੇ ਸੀ। ਇੰਨੇ ਵਿੱਚ ਵੇਦ ਵੀ ਆ ਜਾਂਦਾ ਹੈ। ਉਹ ਜ਼ੌਂਬੀ ਉਹਨਾਂ ਦੇ ਗੁਆਂਢੀ ਸੀ ਪਰ ਹੁਣ ਇਹ ਪੂਰੀ ਤਰ੍ਹਾਂ ਜ਼ੌਂਬੀ ਬਣ ਚੁੱਕੇ ਸੀ, ਇਸ ਲਈ ਵੇਦ ਉਹਨਾਂ ਨੂੰ ਮਾਰ ਦਿੰਦਾ ਹੈ। ਫਿਰ ਰਾਤ ਨੂੰ ਉੱਥੇ 2 ਪੁਲਿਸ ਵਾਲੇ ਆਉਂਦੇ ਹਨ। ਉਹਨਾਂ 'ਚੋਂ ਇੱਕ ਵੇਦ ਦਾ ਮਿੱਤਰ ਸੀ। ਉਹ ਕਹਿੰਦਾ ਹੈ, ਜੋ ਤੂੰ ਕਰ ਰਿਹਾ ਹੈ ਇਹ ਠੀਕ ਨਹੀਂ ਹੈ, ਤੂੰ ਮੈਗੀ ਨੂੰ ਕਿਤੇ ਇਕੱਲੀ ਬੰਦ ਕਰ ਦੇ। ਵੇਦ ਕਹਿੰਦਾ ਹੈ ਕਿ ਤੂੰ ਜਾਂ ਕੋਈ ਹੋਰ ਜੇ ਮੇਰੀ ਕੁੜੀ ਨੂੰ ਲੈਣ ਆਵੇਗਾ ਤਾਂ ਮੈਂ ਆਪਣੀ ਆਖਰੀ ਸਾਹ ਤੱਕ ਉਹਦੇ ਨਾਲ ਲੜਾਂਗਾ। ਜਾਂਦੇ ਜਾਂਦੇ ਪੁਲਿਸ ਵਾਲਾ ਕਹਿੰਦਾ ਹੈ ਕਿ ਦੁਆ ਕਰੀ ਕਿ ਜੋ ਅੱਜ ਤੂੰ ਕੀਤਾ ਹੈ ਉਹ ਤੈਨੂੰ ਆਪਣੀ ਕੁੜੀ ਨਾਲ ਨਾ ਕਰਨਾ ਪਵੇ। ਵੇਦ ਨੇ ਅੱਜ ਜੋ ਵੀ ਕੀਤਾ ਸੀ ਉਸ ਦੇ ਲਈ ਉਸਨੂੰ ਪਛਤਾਵਾ ਸੀ, ਪਰ ਉਸਦੀ ਪਤਨੀ ਉਸਨੂੰ ਸਮਝਾਉਂਦੀ ਹੈ ਕਿ ਉਹ ਤਾਂ ਬਹੁਤ ਪਹਿਲਾਂ ਹੀ ਮਰ ਚੁੱਕੇ ਸਨ। ਪਰ ਵੇਦ ਆਪਣੀ ਕੁੜੀ ਕਰਕੇ ਚਿੰਤਾ ਵਿੱਚ ਸੀ। ਰਾਤ ਨੂੰ ਜਦੋਂ ਵੇਦ ਅਤੇ ਕੈਰੋਲੀਨ ਸੋ ਰਹੇ ਸੀ
ਤਾਂ ਉਹਨਾਂ ਨੂੰ ਕਾਰ ਦੀ ਆਵਾਜ਼ ਆਉਂਦੀ ਹੈ। ਵੇਦ ਆਪਣੀ ਬੰਦੂਕ ਚੱਕ ਕੇ ਬਾਹਰ ਜਾ ਕੇ ਵੇਖਦਾ ਹੈ। ਬਾਹਰ ਬੋਨੀ ਨਾਮ ਦੀ ਇੱਕ ਔਰਤ ਆਈ ਸੀ ਜੋ ਕਿ ਉਸ ਜੋਂਬੀ ਦੀ ਪਤਨੀ ਸੀ ਜਿਹਨੂੰ ਅੱਜ ਵੇਦ ਨੇ ਮਾਰਿਆ ਸੀ। ਉਸ ਦੇ ਹੱਥ ਵਿੱਚ ਪਿਸਤੌਲ ਸੀ। ਉਹ ਵੇਦ ਨੂੰ ਉਸੇ ਜਗ੍ਹਾ ਲੈ ਕੇ ਜਾਣ ਨੂੰ ਕਹਿੰਦੀ ਹੈ ਜਿੱਥੇ ਉਸ ਨੇ ਉਸ ਦੇ ਪਤੀ ਨੂੰ ਮਾਰਿਆ ਸੀ। ਇੰਝ ਲੱਗਦਾ ਸੀ ਜਿਵੇਂ ਇਹ ਉੱਥੇ ਜਾ ਕੇ ਵੇਦ ਨੂੰ ਵੀ ਮਾਰਨ ਵਾਲੀ ਹੈ, ਪਰ ਉਹ ਆਪਣੇ ਪਤੀ ਦੀ ਲਾਸ਼ ਵੇਖ ਕੇ ਰੋਣ ਲੱਗਦੀ ਹੈ। ਕੈਰੋਲੀਨ ਪੁਲਿਸ ਨੂੰ ਫੋਨ ਕਰ ਦਿੰਦੀ ਹੈ ਅਤੇ ਪੁਲਿਸ ਆ ਕੇ ਬੋਨੀ ਅਤੇ ਜੋਂਬੀ ਦੀ ਲਾਸ਼ ਲੈ ਜਾਂਦੀ ਹੈ। ਸਵੇਰੇ ਵੇਦ ਉਹਨਾਂ ਦੇ ਘਰ ਜਾਂਦਾ ਹੈ ਇਹ ਵੇਖਣ ਦੇ ਲਈ ਕਿ ਉਹਦੇ ਗੁਆਂਢੀ ਨੂੰ ਜਿਸ ਥਾਂ 'ਤੇ ਇਕੱਲਾ ਰੱਖਿਆ ਗਿਆ ਸੀ ਉਸ ਜਗ੍ਹਾ 'ਤੇ ਉਹ ਕੀ ਕਰ ਰਿਹਾ ਸੀ। ਉਸ ਜੋਂਬੀ ਨੇ ਕੰਧ 'ਤੇ ਲਿਖਿਆ ਸੀ, ਮੈਂ ਆਪਣੀ ਕੁੜੀ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਮੈਂ ਆਪਣੇ ਪਰਿਵਾਰ ਨੂੰ ਵੀ ਬਹੁਤ ਪਿਆਰ ਕਰਦਾ ਹਾਂ। ਇਸ ਤਰ੍ਹਾਂ ਉਸਨੇ ਬਹੁਤ ਕੁਝ ਲਿਖਿਆ ਹੋਇਆ ਸੀ। ਇਹ ਪੜ੍ਹ ਕੇ ਉਹ ਰੋਣ ਲੱਗਦਾ ਹੈ। ਉਸ ਦਿਨ ਉਸਨੂੰ ਹਸਪਤਾਲ 'ਚੋਂ ਫੋਨ ਆਉਂਦਾ ਹੈ ਕਿ ਜੇ ਤੁਹਾਨੂੰ ਤੁਹਾਡੀ ਕੁੜੀ ਵਿੱਚ ਥੋੜ੍ਹਾ ਜਿਹਾ ਵੀ ਬਦਲਾਵ ਮਹਿਸੂਸ ਹੋ ਰਿਹਾ ਹੈ ਤਾਂ ਡਾਕਟਰ ਵਰਨ ਨੂੰ ਆ ਕੇ ਮਿਲੋ। ਫਿਰ ਉਹ ਆਪਣੀ ਕੁੜੀ ਨੂੰ ਲੈ ਕੇ ਡਾਕਟਰ ਦੇ ਕੋਲ ਜਾਂਦਾ ਹੈ। ਡਾਕਟਰ ਉਸ ਦੀ ਚੰਗੀ ਤਰ੍ਹਾਂ ਜਾਂਚ ਕਰਦਾ ਹੈ ਅਤੇ ਉਸ ਦੇ ਕੁਝ ਸੈਂਪਲ ਲੈ ਲੈਂਦਾ ਹੈ। ਉਹ ਉਸ ਨੂੰ ਸਮਝਾਉਂਦਾ ਹੈ ਕਿ ਤੈਨੂੰ ਕੁਝ ਵੀ ਨਹੀਂ ਹੋਵੇਗਾ, ਅਸੀਂ ਜਲਦੀ ਹੀ ਇਸ ਬਿਮਾਰੀ ਦਾ ਇਲਾਜ ਲੱਭ ਲਵਾਂਗੇ, ਫਿਰ ਸਭ ਕੁਝ ਠੀਕ ਹੋ ਜਾਵੇਗਾ। ਡਾਕਟਰ ਵਰੁਣ ਉਸ ਨੂੰ ਪਾਸੇ ਲੈ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ, ਉਹਨੂੰ ਖਾਣਾ ਛੱਡ ਕੇ ਕੁਝ ਹੋਰ ਖਾਣਾ ਚਾਹੇਗੀ। ਵਧੀਆ ਹੋਵੇਗਾ ਤੂੰ ਉਹਨੂੰ ਕਿਤੇ ਇਕੱਲੀ ਬੰਦ ਕਰ ਦੇ, ਨਹੀਂ ਤਾਂ ਜਦੋਂ ਉਹ ਇਹਨਾਂ ਜ਼ਖਮਾਂ ਨੂੰ ਮਹਿਸੂਸ ਕਰੇਗੀ ਤਾਂ ਪੀੜ ਨਾਲ ਮਰ ਜਾਵੇਗੀ। ਵੇਦ ਪੁੱਛਦਾ ਹੈ ਕਿ ਕੋਈ ਹੋਰ ਰਸਤਾ ਨਹੀਂ ਹੈ। ਡਾਕਟਰ ਕਹਿੰਦਾ ਹੈ ਕਿ ਉਸਨੂੰ ਬਿਨਾਂ ਦਰਦ ਵਾਲੀ ਮੌਤ ਦੇ ਦੇ, ਇਹ ਤੂੰ ਬਿਲਕੁਲ ਨਹੀਂ ਕਰ ਸਕੇਗਾ। ਪਤਾ ਵੇਦ ਨੂੰ ਵੀ ਸੀ ਕਿ ਇਸ ਦਾ ਅੰਤ ਬੁਰਾ ਹੋਣ ਵਾਲਾ ਹੈ, ਇਸ ਲਈ ਹੁਣ ਉਹ ਆਪਣੀ ਕੁੜੀ ਨੂੰ ਹਰ ਵਕਤ ਖੁਸ਼ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਰਾਤ ਨੂੰ ਜਦੋਂ ਮੈਗੀ ਸੌ ਰਹੀ ਸੀ ਤਾਂ ਉਸ ਨੂੰ ਆਪਣੇ ਹੱਥ ਵਿੱਚ ਕੁਝ ਮਹਿਸੂਸ ਹੁੰਦਾ ਹੈ। ਜਦੋਂ ਉਹ ਪੱਟੀ ਲਾ ਕੇ ਵੇਖਦੀ ਹੈ ਤਾਂ ਉਸ ਦੇ ਜ਼ਖਮ ਵਿੱਚ ਕੀੜੇ ਪੈ ਗਏ ਸੀ। ਫਿਰ ਉਹ ਰੋਣ ਲੱਗ ਜਾਂਦੀ ਹੈ। ਅਗਲੇ ਦਿਨ ਉਸ ਦੀ ਇੱਕ ਦੋਸਤ ਉਸ ਨੂੰ ਮਿਲਣ ਲਈ ਆਉਂਦੀ ਹੈ। ਉਹ ਕਹਿੰਦੀ ਹੈ ਕਿ ਸਾਡੇ ਸਾਰੇ ਦੋਸਤਾਂ ਨੇ ਇਕੱਠੇ ਹੋਣ ਦਾ ਪਲਾਨ ਬਣਾਇਆ ਹੈ, ਮੈਂ ਤੈਨੂੰ ਉੱਥੇ ਲਿਜਾਣ ਵਾਸਤੇ ਆਈ ਹਾਂ। ਵੇਦ ਉਸ ਸਮੇਂ ਘਰ ਨਹੀਂ ਸੀ। ਕੈਰੋਲੀਨ ਉਸ ਨੂੰ ਜਾਣ ਦਿੰਦੀ ਹੈ। ਉੱਥੇ ਹੋਰ ਵੀ ਰੋਗੀ ਮੁੰਡੇ ਕੁੜੀਆਂ ਸੀ। ਫਿਰ ਇੱਕ ਮੁੰਡਾ ਪੁੱਛਦਾ ਹੈ ਤੂੰ ਇਕੱਲੀ ਕਿਉਂ ਨਹੀਂ ਰਹਿ ਜਾਂਦੀ। ਫਿਰ ਇੱਕ ਹੋਰ ਮੁੰਡਾ ਦੱਸਦਾ ਹੈ ਕਿ ਉਹ ਸਾਰਿਆਂ ਨੂੰ ਇਕੱਠਾ ਬੰਦ ਕਰ ਦਿੰਦੇ ਨੇ, ਉਹਨਾਂ ਦੇ ਉੱਤੇ ਅਲੱਗ ਅਲੱਗ ਦਵਾਈਆਂ ਦੇ ਟੈਸਟ ਕੀਤੇ ਜਾਂਦੇ ਨੇ, ਉੱਥੇ ਕਿਸੇ ਨੂੰ ਵੀ ਵੱਖਰਾ ਕਮਰਾ ਨਹੀਂ ਮਿਲਦਾ, ਭਾਵੇਂ ਕੋਈ ਕਿਸੇ ਨੂੰ ਵੀ ਖਾ ਜਾਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਫਿਰ ਉਹ ਆਪਣੇ ਬੁਆਏਫ੍ਰੈਂਡ ਨੂੰ ਇਕੱਲੀ ਮਿਲਦੀ ਹੈ ਅਤੇ ਸਵੇਰੇ ਉਸ ਦੀ ਦੋਸਤ ਉਸ ਨੂੰ ਵਾਪਸ ਘਰ ਛੱਡ ਜਾਂਦੀ ਹੈ। ਉਸ ਦੀ ਦੋਸਤ ਉਸ ਨੂੰ ਬਹੁਤ ਪਿਆਰ ਕਰਦੀ ਸੀ। ਉਸ ਦੀ ਇਸ ਹਾਲਾਤ 'ਤੇ ਉਹ ਬਹੁਤ ਦੁਖੀ ਸੀ। ਅਗਲੇ ਸੀਨ ਵਿੱਚ ਅਸੀਂ ਵੇਖਦੇ ਹਾਂ ਕਿ ਮੈਗੀ ਆਪਣੇ ਪਾਪਾ ਨੂੰ ਆਵਾਜ਼ ਦਿੰਦੀ ਹੈ। ਕੈਰੋਲੀਨ ਉਸ ਨੂੰ ਆ ਕੇ ਪੁੱਛਦੀ ਹੈ ਕਿ ਕੀ ਹੋਇਆ। ਮੈਗੀ ਉਸ ਨੂੰ ਆਪਣੀਆਂ ਅੱਖਾਂ ਵਿਖਾਉਂਦੀ ਹੈ ਜੋ ਬਿਲਕੁਲ ਧੁੰਦਲੀਆਂ ਹੋ ਚੁੱਕੀਆਂ ਸਨ। ਫਿਰ ਕੈਰੋਲੀਨ ਉਸ ਦੇ ਲਈ ਦਵਾਈ ਲੈਣ ਜਾਂਦੀ ਹੈ, ਪਰ ਉਹ ਆਪਣੀ ਸੇਫਟੀ ਦੇ ਲਈ ਕੈਂਚੀ ਵੀ ਨਾਲ ਲੈ ਲੈਂਦੀ ਹੈ, ਪਰ ਅਜਿਹਾ ਕੁਝ ਵੀ ਨਹੀਂ ਸੀ ਕਿ ਉਸਨੂੰ ਵਾਰ ਕਰਨਾ ਪੈਂਦਾ। ਫਿਰ ਮੈਗੀ ਦੇ ਬੁਆਏਫ੍ਰੈਂਡ ਦਾ ਫੋਨ ਆਉਂਦਾ ਹੈ। ਉਹ ਉਹਨੂੰ ਆਪਣੇ ਘਰ ਬੁਲਾਉਂਦਾ ਹੈ। ਜਦੋਂ ਉਹ ਉਸ ਦੇ ਘਰ ਜਾਂਦੀ ਹੈ ਤਾਂ ਵੇਖਦੀ ਹੈ ਕਿ ਉਸ ਦੇ ਪਾਪਾ ਉਸ ਦੇ ਕਮਰੇ ਦੇ ਬਾਹਰ ਬੰਦੂਕ ਲੈ ਕੇ ਖੜ੍ਹੇ ਸੀ। ਉਹ ਉਹਨੂੰ ਕੁਆਰੰਟੀਨ ਕਰਨਾ ਚਾਹੁੰਦੇ ਸੀ, ਪਰ ਉਹ ਜਾਣਾ ਨਹੀਂ ਚਾਹੁੰਦਾ ਸੀ। ਇੰਨੇ ਵਿੱਚ ਉੱਥੇ ਪੁਲਿਸ ਆ ਜਾਂਦੀ ਹੈ। ਉਹ ਮੈਗੀ ਨੂੰ ਪਾਸੇ ਕਰਕੇ
ਮੁੰਡੇ ਨੂੰ ਦਰਵਾਜ਼ਾ ਖੋਲ੍ਹਣ ਨੂੰ ਕਹਿੰਦੇ ਹਨ। ਫਿਰ ਉਹ ਦਰਵਾਜ਼ਾ ਤੋੜ ਕੇ ਧੱਕੇ ਨਾਲ ਉਸ ਨੂੰ ਉੱਥੋਂ ਲੈ ਜਾਣ ਲੱਗਦੇ ਹਨ। ਉਹ ਰੌਲਾ ਪਾਉਂਦਾ ਹੈ, ਪਾਪਾ ਮੈਂ ਨਹੀਂ ਜਾਣਾ ਚਾਹੁੰਦਾ, ਪਰ ਉਸ ਨੂੰ ਭੇਜਣਾ ਜ਼ਰੂਰੀ ਸੀ ਕਿਉਂਕਿ ਹੁਣ ਉਹਨੂੰ ਦੂਜੀਆਂ ਚੀਜ਼ਾਂ ਦੀ ਭੁੱਖ ਲੱਗਣ ਲੱਗੀ ਸੀ। ਫਿਰ ਜਦੋਂ ਮੈਗੀ ਘਰ ਜਾ ਰਹੀ ਸੀ ਤਾਂ ਉਸ ਨੂੰ ਕਿਸੇ ਜਾਨਵਰ ਦੀ ਆਵਾਜ਼ ਆਉਂਦੀ ਹੈ। ਫਿਰ ਉਹ ਘਰ ਜਾ ਕੇ ਵੇਦ ਦੀ ਬੰਦੂਕ ਲੈ ਕੇ ਆਉਂਦੀ ਹੈ ਅਤੇ ਉਸ ਨਾਲ ਉਸ ਜਾਨਵਰ ਨੂੰ ਮਾਰ ਕੇ ਖਾ ਜਾਂਦੀ ਹੈ। ਜਦੋਂ ਉਹ ਘਰ ਜਾਂਦੀ ਹੈ ਤਾਂ ਵੇਦ ਅਤੇ ਕੈਰੋਲੀਨ ਉਸ ਨੂੰ ਪੁੱਛਦੇ ਹਨ ਕਿ ਇਹ ਕੀ ਹੋਇਆ, ਤਾਂ ਉਹ ਦੱਸਦੀ ਹੈ ਕਿ ਹੁਣੇ ਉਸ ਨੇ ਇੱਕ ਲੂੰਬੜੀ ਖਾ ਲਈ ਹੈ। ਇਹ ਗੱਲ ਸੁਣ ਕੇ ਕੈਰੋਲੀਨ ਘਬਰਾ ਜਾਂਦੀ ਹੈ ਅਤੇ ਵੇਦ ਵੀ ਰੋਣ ਲੱਗਦਾ ਹੈ ਕਿਉਂਕਿ ਹਾਲਾਤ ਵਿਗੜ ਰਹੇ ਸਨ। ਸਵੇਰੇ ਕੈਰੋਲੀਨ ਵੇਦ ਨੂੰ ਕਹਿੰਦੀ ਹੈ ਕਿ ਹੁਣ ਇਹਨੂੰ ਉਹਨਾਂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ, ਪਰ ਵੇਦ ਮਨਾ ਕਰ ਦਿੰਦਾ ਹੈ। ਫਿਰ ਉਹ ਵੇਦ ਨੂੰ ਛੱਡ ਕੇ ਚਲੀ ਜਾਂਦੀ ਹੈ। ਹੁਣ ਵੇਦ ਮੈਗੀ ਨੂੰ ਉਹ ਚੀਜ਼ਾਂ ਖਵਾਉਣ ਲੱਗਿਆ ਸੀ ਜਿਸ ਨੂੰ ਖਾਣ ਦੀ ਉਸਦੀ ਇੱਛਾ ਹੁੰਦੀ ਸੀ। ਉਹ ਜ਼ਿਆਦਾ ਤੋਂ ਜ਼ਿਆਦਾ ਸਮਾਂ ਆਪਣੀ ਕੁੜੀ ਦੇ ਕੋਲ ਰਹਿਣਾ ਚਾਹੁੰਦਾ ਸੀ। ਜਦੋਂ ਰਾਤ ਨੂੰ ਵੇਦ ਸੋ ਰਿਹਾ ਸੀ ਤਾਂ ਉਸਦੀ ਕੁੜੀ ਖੜੀ ਉਸ ਨੂੰ ਵੇਖ ਰਹੀ ਸੀ। ਸ਼ਾਇਦ ਹੁਣ ਉਸ ਨੂੰ ਆਪਣੇ ਪਿਤਾ ਵਿੱਚ ਵੀ ਖਾਣਾ ਹੀ ਨਜ਼ਰ ਆ ਰਿਹਾ ਸੀ। ਅਗਲੇ ਦਿਨ ਜਦੋਂ ਵੇਦ ਲੱਕੜਾਂ ਕੱਟ ਕੇ ਵਾਪਸ ਆ ਰਿਹਾ ਸੀ ਤਾਂ ਉਸਦਾ ਪੁਲਿਸ ਵਾਲਾ ਦੋਸਤ ਫਿਰ ਵਾਪਸ ਆਉਂਦਾ ਹੈ। ਉਹ ਕਹਿੰਦਾ ਹੈ ਕਿ ਅਸੀਂ ਇੱਕ ਵਾਰੀ ਮੈਗੀ ਨੂੰ ਮਿਲਣਾ ਹੈ, ਪਰ ਵੇਦ ਉਸ ਨੂੰ ਘਰ ਜਾਣ ਤੋਂ ਰੋਕਦਾ ਹੈ। ਫਿਰ ਵੇਦ ਅਤੇ ਪੁਲਿਸ ਵਾਲਾ ਲੜ ਪੈਂਦੇ ਹਨ। ਉਸਦਾ ਦੋਸਤ ਵੇਦ ਨੂੰ ਮਾਰਨ ਹੀ ਵਾਲਾ ਸੀ ਕਿ ਉੱਥੇ ਮੈਗੀ ਆ ਜਾਂਦੀ ਹੈ। ਮੈਗੀ ਕਹਿੰਦੀ ਹੈ ਕਿ ਅੰਕਲ ਮੈਂ ਬਿਲਕੁਲ ਠੀਕ ਹਾਂ। ਪੁਲਿਸ ਵਾਲਾ ਕਹਿੰਦਾ ਹੈ ਕਿ ਮੈਂ ਇਹੀ ਜਾਣਨਾ ਚਾਹੁੰਦਾ ਸੀ। ਜਾਣ ਤੋਂ ਪਹਿਲਾਂ ਪੁਲਿਸ ਵਾਲਾ ਕਹਿੰਦਾ ਹੈ ਕਿ ਮੈਂ ਫਿਰ ਆਵਾਂਗਾ, ਪਰ ਵੇਦ ਇਹ ਸਮਝਣ ਲਈ ਤਿਆਰ ਹੀ ਨਹੀਂ ਸੀ ਕਿ ਇਸ ਸ਼ਹਿਰ ਵਿੱਚ ਉਹ ਇਕੱਲਾ ਨਹੀਂ ਰਹਿੰਦਾ, ਮਨੁੱਖ ਜਾਤੀ ਨੂੰ ਇਹਨਾਂ ਤੋਂ ਖਤਰਾ ਹੈ। ਉਹ ਆਪਣੀ ਕੁੜੀ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਕਿਤੇ ਨਹੀਂ ਜਾਣ ਦੇਵਾਂਗਾ। ਰਾਤ ਨੂੰ ਡਾਕਟਰ ਵਰੁਣ ਵੇਦ ਨੂੰ ਮਿਲਣ ਲਈ ਆਉਂਦਾ ਹੈ। ਉਹ ਉਹਨੂੰ ਇੱਕ ਟੀਕਾ ਦਿੰਦਾ ਹੈ ਜਿਹੜਾ ਕੁਆਰੰਟੀਨ ਵਿੱਚ ਬੰਦ ਲੋਕਾਂ ਨੂੰ ਦਿੱਤਾ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਜੇ ਤੈਨੂੰ ਲੱਗੇ ਕਿ ਹਾਲਾਤ ਜ਼ਿਆਦਾ ਖਰਾਬ ਹੋ ਰਹੇ ਨੇ ਤਾਂ ਟੀਕਾ ਵਰਤੀ, ਨਹੀਂ ਤਾਂ ਆਪਣੀ ਬੰਦੂਕ ਦੀ ਵਰਤੋਂ ਕਰੀ। ਇਸ ਗੱਲ 'ਤੇ ਵੇਦ ਬਹੁਤ ਵਿਚਾਰ ਕਰਦਾ ਹੈ, ਪਰ ਬਾਪ ਤਾਂ ਬਾਪ ਹੁੰਦਾ ਹੈ। ਜਦੋਂ ਉਹ ਆਪਣੀ ਕੁੜੀ ਨੂੰ ਮਿਲਣ ਜਾਂਦਾ ਹੈ ਤਾਂ ਉਹ ਉਸ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਵੇਦ ਉਸ ਨੂੰ ਹੋਸ਼ ਵਿੱਚ ਲਿਆਉਂਦਾ ਹੈ। ਫਿਰ ਉਹ ਲਿਜਾ ਕੇ ਉਸ ਨੂੰ ਬਿਸਤਰੇ ਵਿੱਚ ਪਾ ਦਿੰਦਾ ਹੈ। ਹੁਣ ਉਹ ਆਪਣੀ ਬੰਦੂਕ ਲੈ ਕੇ ਸੋਫੇ 'ਤੇ ਬੈਠ ਜਾਂਦਾ ਹੈ। ਸਵੇਰੇ ਮੈਗੀ ਵੇਦ ਤੋਂ ਪਹਿਲਾਂ ਉੱਠ ਜਾਂਦੀ ਹੈ। ਹੁਣ ਉਹ 80% ਜੋਂਬੀ ਬਣ ਚੁੱਕੀ ਸੀ। ਉਹ ਆਪਣੇ ਸੋ ਰਹੇ ਬਾਪ ਨੂੰ ਸੁੰਘਦੀ ਹੈ। ਵੇਦ ਨੂੰ ਉਸ ਦੇ ਉੱਥੇ ਹੋਣ ਦਾ ਅਹਿਸਾਸ ਹੋ ਗਿਆ ਸੀ। ਫਿਰ ਉਹ ਆਪਣੇ ਪਿਤਾ ਨੂੰ ਕੁਝ ਨਹੀਂ ਕਹਿੰਦੀ, ਬਲਕਿ ਉਸ ਦਾ ਮੱਥਾ ਚੁੰਮਦੀ ਹੈ ਅਤੇ ਉੱਥੋਂ ਚਲੀ ਜਾਂਦੀ ਹੈ। ਜਦੋਂ ਵੇਦ ਉੱਠਦਾ ਹੈ ਤਾਂ ਉਸ ਨੂੰ ਆਪਣੀ ਬੰਦੂਕ ਦੀ ਗੋਲੀ ਥੱਲੇ ਪਈ ਮਿਲਦੀ ਹੈ, ਮਤਲਬ ਕਿ ਮੈਗੀ ਨੇ ਪਹਿਲਾਂ ਹੀ ਉਸ ਬੰਦੂਕ ਵਿੱਚੋਂ ਗੋਲੀ ਕੱਢ ਦਿੱਤੀ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਦਾ ਇਸਤੇਮਾਲ ਹੋਣ ਹੀ ਵਾਲਾ ਹੈ। ਫਿਰ ਉਹ ਛੱਤ ਦੇ ਉੱਪਰ ਜਾਂਦੀ ਹੈ ਅਤੇ ਉੱਥੋਂ ਛਾਲ ਮਾਰ ਦਿੰਦੀ ਹੈ। ਉਸ ਨੇ ਖੁਦ ਹੀ ਉਹ ਕੰਮ ਕਰ ਦਿੱਤਾ ਸੀ ਜੋ ਸ਼ਾਇਦ ਇੱਕ ਬਾਪ ਕਦੇ ਵੀ ਨਾ ਕਰ ਸਕਦਾ। ਦੋਸਤੋ, ਇਸ ਮੂਵੀ ਵਿੱਚ ਤੁਹਾਨੂੰ ਇੱਕ ਪਿਤਾ ਦਾ ਪਿਆਰ ਨਜ਼ਰ ਆਇਆ ਹੋਵੇਗਾ ਜਿਹੜਾ ਉਹ ਆਪਣੇ ਬੱਚਿਆਂ ਨੂੰ ਕਰਦਾ ਹੈ। ਫਿਰ ਹਾਲਾਤ ਭਾਵੇਂ ਕਿਵੇਂ ਦੇ ਵੀ ਹੋਣ, ਉਹ ਕਦੇ ਵੀ ਭੁੱਲਦਾ ਨਹੀਂ ਕਿ ਉਹ ਇੱਕ ਬਾਪ ਹੈ। ਦੋਸਤੋ, ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਮੈਂ ਮਿਲਾਂਗਾ ਤੁਹਾਨੂੰ ਨਵੇਂ ਦਿਨ ਨਵੀਂ ਮੂਵੀ ਦੇ ਨਾਲ।
ਤਦ ਤੱਕ ਖੁਸ਼ ਰਹੋ।